Oh.
ਜਤਨ ਕਰੇ ਓ ਚਿਤ ਨਾ ਧਰੇ ਰਾਖ ਜਤਨ ਜੋ ਨਿਰਧਨ ਸਰਧਨ ਕਹਿ ਜਾਏ ਜੋ ਨਿਰਧਨ ਸਰਧਨ ਕਹਿ ਜਾਏ ਅੱਗੇ ਬੈਠਾ ਪੀਠ ਤੇਰਾ ਆਦਰ ਕੋਈ ਨਾ ਦੇ ਲੱਖ ਜਤਨ ਕਰੇ ਸੰਬੰਧ ਜੋੜਿਆ ਇੱਕ ਸ਼ਬਦ ਵਿੱਚ ਇੱਕ ਗੱਲ ਹੋ ਗਈ ਅਗਲੇ ਵਿੱਚ ਉਸਦੀ ਤਾਇਦ ਹੋ ਗਈ ਫਿਰ ਖੁਲਾਸਾ ਹੋ ਗਿਆ ਪਿਛਲਾ ਸ਼ਬਦ ਜਿਹੜਾ ਹੈ ਉਹਦਾ ਇਸ ਸ਼ਬਦ ਨਾਲ ਬੜਾ ਨੇੜੇ ਦਾ ਸੰਬੰਧ ਹੈ ਬਾਬਾ ਕਬੀਰ ਜੀ ਦਾ ਪਿਛਲਾ ਸ਼ਬਦ ਜਿਹਦੇ ਲਫ਼ਜ਼ ਸਨ ਉਲਟ ਜਾਤ ਕੁਲ ਦੋ ਵਿਸਾਰੀ ਮੈਂ ਉਲਟ ਗਿਆ ਭਾਵ ਬਦਲ ਗਿਆ ਮੂੰਹ ਮੋੜ ਲਿਆ ਕਿੱਥੋਂ ਬ੍ਰਹਮਣਿਜ਼ਮ ਦੇ ਫੈਸਲਿਆਂ ਕਿਉਂ ਉਹਨੇ ਕੁਲ ਤੇ ਜਾਤਾਂ ਵਿੱਚ ਮਨੁੱਖਤਾ ਵੰਡ ਦਿੱਤੀ ਤੇ ਮੈਂ ਕੁਲ ਤੇ ਜਾਤ ਛੱਡ ਦਿੱਤੀ ਇੱਕ ਵਾਰ ਸ਼ਬਦ ਆਇਆ ਸੀ ਕਿ ਜੇ ਮੈਂ ਰੱਬ ਦੇ ਦਰਵਾਜ਼ੇ ਤੇ ਪਿਆ ਹੋਵਾਂ ਬਹੁਤ ਹੋ ਜਾਏ ਰੱਬ ਪ੍ਰਭੂ ਦਰਵਾਜ਼ਿਓ ਨਿਕਲੇ ਤੇ ਪੁੱਛੇ ਇਹ ਕੌਣ ਹੈ ਕੌਣ ਹੈ ਤੇ ਕੋਈ ਆਖ ਦੇਵੇ ਕਬੀਰ ਹੈ ਫਿਰ ਸਵਾਲ ਖੜਾ ਹੋਵੇਗਾ ਕਬੀਰ ਤਾਂ ਕਈ ਹੋ ਸਕਦੇ ਇਹ ਕਬੀਰ ਕੌਣ ਹੈ ਫਿਰ ਮੇਰੀ ਜਾਤ ਦਾ ਮਸਲਾ ਆ ਜਾਏਗਾ ਇਹ ਕਬੀਰ ਜੁਲਾਹ ਹੈ ਫਿਰ ਜੁਲਾਹੇ ਵੀ ਕਈ ਹੋ ਸਕਦੇ ਨੇ ਤੀਜਾ ਮਤਲਬ ਕਿੱਥੋਂ ਦਾ ਰਹਿਣ ਵਾਲਾ ਹੈ ਘਰ ਐਡਰੈਸ ਕੀ ਹੈ
ਨਾ ਤਾਂ ਹਰ ਪੁੱਛੇ ਕੌਣ ਹੈ, ਪਰ ਹਮਾਰੇ ਬਾਹਰ ਮੇਰੇ ਦਰਵਾਜ਼ੇ ਤੇ ਕੌਣ ਪਿਆ। ਅਗਲੀਆਂ ਲਾਈਨਾਂ ਵਿੱਚ ਜਵਾਬ ਦਿੱਤਾ ਸਭ ਨਾ ਹੋਏ ਛਾਣ ਨਾ ਛਾਣ, ਮੇਰਾ ਤਾਂ ਕੋਈ ਜਾਤ ਹੀ ਨਹੀਂ, ਮੇਰਾ ਤਾਂ ਕੋਈ ਘਰ ਹੀ ਨਹੀਂ, ਮੇਰਾ ਤਾਂ ਕੋਈ ਐਡਰੈਸ ਹੀ ਨਹੀਂ, ਮੈਂ ਤੇ ਕੁੱਲ ਵੀ ਛੱਡ ਬੈਠਾ। ਤੇ ਜੇ ਰੱਬ ਪੁੱਛੇ ਤੇ ਦੱਸਣ ਵਾਲਾ ਕੀ ਦੱਸੇਗਾ, ਨਾ ਹੋਏ ਛਾਣ ਨਾ ਛਾਪਰੀ, ਨਾ ਹੋਏ ਘਰ ਨਾ ਗਰਾਉ, ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਨਾਉ, ਮੈਂ ਤੇ ਆਪਣਾ ਨਾਮ ਵੀ ਛੱਡ ਬੈਠਾ। ਉਲਟ ਜਾਤ ਕੋਲ ਦੋ ਬਿਸਾਰੀ, ਸੁਣ ਸਹਿਜ ਮੈਂ ਗੁਣਤ ਹਮਾਰੀ, ਪਿਛਲਾ ਸ਼ਬਦ ਸੀ। ਇਹ ਕਿਉਂ ਹੋਇਆ ਇੱਥੋਂ ਮਸਲਾ ਅਗਲਾ ਖੜਾ, ਕਿਉਂਕਿ ਮੈਂ ਤੇ ਆਪਣੀ ਜਾਤ ਕੁੱਲ ਸਭ ਕੁਛ ਛੱਡ ਚੁੱਕਾ, ਨਾ ਮੇਰਾ ਕੋਈ ਐਡਰੈਸ ਹੈ, ਆਪਾਂ ਮਿਟਾ ਚੁੱਕਾ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਰਾ ਨਾ ਹੋ ਆਪਾਂ ਪਰਖਾ ਮਿਟ ਗਿਆ, ਜਦ ਦੇਖਾ ਤਤ ਤੂੰ। ਉਹ ਆਪਾਂ ਪਰਖਾ ਦੀ ਜਿਹੜੀ ਦੀਵਾਰ ਹੈ ਇਹ ਆਪਣਾ ਤੇ ਉਹ ਵਿਗੜਨਾ, ਪਰਖਾ ਦਾ ਮਤਲਬ ਹੁੰਦਾ ਪਰਾਇਆ, ਆਪਣਾ ਤੇ ਪਰਾਇਆ, ਆਪਾਂ ਪਰਖਾ ਉਹ ਸਾਰੀਆਂ ਦੀਵਾਰਾਂ ਤਾਂ ਮਨੁੱਖਤਾ ਨੇ ਖੜੀਆਂ ਕੀਤੀਆਂ ਨੇ ਬ੍ਰਹਮਣਿਜ਼ਮ ਨੇ, ਉਹਨੇ ਇੱਕ ਮਾਲਕ ਦੀ ਪੈਦਾਇਸ਼ ਮਨੁੱਖਤਾ ਇਕੱਠੀ ਨਹੀਂ ਰਹਿਣ ਦਿੱਤੀ। ਮੈਂ ਇਹ ਛੱਡ ਦਿੱਤੀ ਪਿਛਲੇ ਸ਼ਬਦ ਦੱਸੀ, ਔਰ ਇਸ ਤਰੀ ਬਿਲਕੁਲ ਸਪਸ਼ਟ ਕਰ ਦਿੱਤਾ। ਮੈਂ ਕਹਿਣ ਲੱਗੇ ਉਲਟ ਜਾਤ ਕੁੱਲ ਦੋ ਬਿਸਾਰੀ, ਸੁਣ ਸਹਿਜ ਮੈਂ ਗੁਣਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛੱਡੇ ਦੋ। ਸਭ ਕੁਛ ਛੱਡ ਦਿੱਤਾ, ਪੰਡਿਤ ਮੁੱਲਾ ਜੋ ਲਿਖਦੀ ਆ ਛੱਡ ਚਲੇ ਹਮ ਕਛੂ ਨਾ ਲਈਏ, ਉਹਨੇ ਜੋ ਲਿਖ ਕੇ ਸਾਡੇ ਦੁਆਰੇ ਜਾਲ ਪਸਾਰ ਦਿੱਤੇ ਨੇ ਵੰਡੀਆਂ ਪਾ ਕੇ, ਉੱਥੋਂ ਦੁਸ਼ਮਣੀਆਂ ਬਣੀਆਂ ਨੇ, ਕਿਸੇ ਨੂੰ ਹੱਕ ਮਿਲੇ ਨੇ ਕਿਸੇ ਨੂੰ ਹੱਕ ਨਹੀਂ ਮਿਲੇ। ਬ੍ਰਾਹਮਣ ਸਭ ਤੋਂ ਸ੍ਰੇਸ਼ਟ ਹੈ, ਦਾਨ ਲੈਣ ਦਾ ਅਧਿਕਾਰੀ ਉਹ ਹੈ, ਵਿੱਦਿਆ ਪੜ੍ਹਨ ਦਾ ਅਧਿਕਾਰੀ ਉਹ ਹੈ, ਮੱਥਾ ਟਿਕਾਉਣ ਦਾ ਅਧਿਕਾਰੀ ਉਹ ਹੈ। ਅਗਲੇ ਪਾਸੇ ਸ਼ਸਤਰ ਚਲਾਉਣਾ ਇੱਕ ਸ਼ਕਤੀ ਹੈ, ਦੂਜੀ ਸ਼ਕਤੀ ਉਹ ਸ਼ਕਤੀ ਨੂੰ ਦੇ ਦਿੱਤੀ। ਸ਼ਸਤਰ ਵਿੱਦਿਆ ਕੇਵਲ ਸ਼ਕਤੀ ਲੈ ਸਕਦਾ, ਤੀਜੀ ਸ਼ਕਤੀ ਹੈ ਦੌਲਤ ਦੀ, ਉਹ ਕਮਾਈ ਦੀ ਸ਼ਕਤੀ ਦੇ ਦਿੱਤੀ। ਵੈਸ਼ਨੂ ਉਹ ਕੰਮ ਕਰ ਸਕਦਾ, ਬਿਜ਼ਨਸ ਕਰ ਸਕਦਾ, ਵਪਾਰ ਕਰ ਸਕਦਾ, ਪਰ ਉਹ ਸ਼ਸਤਰਧਾਰੀ ਨਹੀਂ ਹੋ ਸਕਦਾ। ਸ਼ੂਦਰ ਕੋਲ ਕੋਈ ਸ਼ਕਤੀ ਨਹੀਂ, ਉਹ ਸਿਰਫ ਗੁਲਾਮੀ ਕਰੇਗਾ, ਉਹ ਸਿਰਫ ਗੁਲਾਮੀ ਕਰੇਗਾ। ਹੁਣ ਜਿਹਦੇ ਕੋਲ ਹੱਕ ਹੀ ਕੋਈ ਨਾ ਰਹੇ, ਨਾ ਉਹ ਵਿੱਦਿਆ ਪਾ, ਅੱਜ ਦੇ ਜ਼ਮਾਨੇ ਅੰਦਰ ਵੀ ਕੋਈ ਬੱਚਾ ਵਿੱਦਿਆ ਵੀ ਨਾ ਪੜ੍ਹ ਸਕਦਾ ਹੋਵੇ, ਕੋਈ ਬਿਜ਼ਨਸ ਵੀ ਨਾ ਕਰ ਸਕਦਾ ਹੋਵੇ, ਵਪਾਰ ਵੀ ਨਾ ਕਰ ਸਕਦਾ ਹੋਵੇ, ਕੋਈ ਸ਼ਸਤਰਧਾਰੀ ਹੋ ਕੇ ਕਿਸੇ ਫੌਜ ਵਿੱਚ ਮਿਲਟਰੀ ਵਿੱਚ ਭਰਤੀ ਵੀ ਨਾ ਹੋ ਸਕਦਾ ਹੋਵੇ,
ਬਾਕੀ ਕੀ ਰਹਿ ਜਾਏਗਾ ਉਹਦੇ ਕੋਲ? ਗਰੀਬੀ, ਕੁਝ ਵੀ ਨਹੀਂ ਕਰ ਸਕੇ। ਉਹਦਾ ਨਤੀਜਾ ਇਹ ਨਿਕਲਿਆ ਕਿ ਸ਼ੁੱਧਰ ਜਾਤੀ ਗਰੀਬੀ ਦੀ ਸਤਾ ਤੋਂ ਥੱਲੇ ਆ ਗਈ। ਉਹਦਾ ਕੰਮ ਕੇਵਲ ਮੰਗਤਿਆਂ ਵਾਲਾ ਰਹਿ ਗਿਆ। ਦਿਨ ਰਾਤ ਬੁੱਤੀਆਂ ਕੱਢੇ, ਗੁਲਾਮੀ ਕਰੇ, ਉਹ ਜਾਤ ਜਾਤੀ ਤੌਰ 'ਤੇ ਉਹਦੇ ਹਿੱਸੇ ਆਏ। ਗੁਲਾਮੀ ਕਰੇ ਅਤੇ ਜੋ ਮਿਲੇ ਉਹ ਖਾਏ। ਵੀਰ ਬੈਠੇ ਨੇ ਬਜ਼ੁਰਗ ਕਈ ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਦੇਖਿਆ, ਜਦੋਂ ਕੋਈ ਸਾਂਝੇ ਜਿਹੜਾ ਜ਼ਿੰਮੇਦਾਰੀ ਵਿੱਚ ਕੰਮ ਕਰਦਾ ਸੀ, ਇੱਕ ਕਾਮੇ ਦੇ ਰੂਪ ਵਿੱਚ ਆਉਂਦਾ ਸੀ, ਹਾਲਾਂਕਿ ਓਨਾ ਕੰਮ ਜ਼ਿੰਮੇਦਾਰ ਆਪ ਨਹੀਂ ਸੀ ਕਰਦਾ ਜਿੰਨਾ ਕੰਮ ਉਹਦੇ ਕੋਲੋਂ ਲਿਆ ਜਾਂਦਾ ਸੀ। ਲੇਕਿਨ ਉਹ ਉਹਦੇ ਮਹੱਲੇ ਵਿੱਚ ਵੀ ਨਹੀਂ ਰਹਿ ਸਕਦਾ। ਜੇ ਉਹ ਮਰ ਜਾਏ ਉਹਦੀ ਸਰੀਰ ਦੀ ਲਾਸ਼ ਦਾ ਦੇਹ ਸੰਸਕਾਰ ਵੀ ਉਹਦੇ ਸਵੇਰ ਵਿੱਚ ਨਹੀਂ ਹੋ ਸਕਦਾ। ਉਹ ਆਪਣੇ ਇਸ਼ਟ ਨੂੰ ਦੀ ਪੂਜਾ ਕਰਨੀ ਹੋਵੇ, ਇਹ ਤੇ ਅਸੀਂ ਸਾਡੀ ਆਪਣੀ ਜ਼ਿੰਦਗੀ ਦੇ ਹਿੱਸੇ ਦੀ ਗੱਲਾਂ ਨੇ ਜੋ ਕੁਝ ਅਸੀਂ ਦੇਖੀਆਂ, ਪਿੰਡਾਂ ਵਿੱਚ ਜਾ ਕੇ ਦੇਖੀਆਂ। ਹਾਲਾਂਕਿ ਬ੍ਰਾਹਮਣ ਦੇ ਉਸ ਨਿਯਮ ਮੁਤਾਬਕ ਜ਼ਿੰਮੀਦਾਰ ਵੀ ਸ਼ੁੱਧ ਹੈ, ਕਿਉਂਕਿ ਉਹ ਕਹਿੰਦਾ ਇਹ ਵੀ ਕੰਮ ਹੈ, ਵਪਾਰੀ ਤਾਂ ਹੈ ਨਹੀਂ, ਕੰਮ ਹੈ। ਇਸ ਲਈ ਉਹਨੇ ਜ਼ਿੰਮੀਦਾਰ ਨੂੰ ਵੀ ਸ਼ੁੱਧਰ ਵਿੱਚ ਰੱਖਿਆ। ਪਰ ਇਹਨਾਂ ਹਾਲਾਤਾਂ ਵਿੱਚੋਂ ਇੱਕ ਸੋਚ ਪੈਦਾ ਹੋਈ ਕਿ ਮੇਰਾ ਕੰਮ ਅੱਗੇ ਕਿਹੜਾ। ਜੁੱਤੀਆਂ ਚਮਾਰ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਪਹਿਨਣੀਆਂ, ਉਹ ਮੈਨੂੰ ਕੰਢਿਆਂ ਤੋਂ ਬਚਾ ਸਕਦੀਆਂ, ਪਰ ਉਹ ਮੇਰੇ ਨਾਲ ਨਹੀਂ ਖੜ੍ਹਾ, ਉਹਦਾ ਪਰਛਾਵਾਂ ਵੀ ਮੇਰੇ 'ਤੇ ਨਹੀਂ ਪੈਣਗੇ। ਤੁਸੀਂ ਪਿੰਡਾਂ ਵਿੱਚ ਦੇਖਿਆ ਜਦੋਂ ਸ਼ਾਮਾਂ ਨੂੰ ਕਈ ਵਾਰੀ ਗਰੀਬ ਕਾਮੇ ਆਉਂਦੇ ਸਨ ਅਤੇ ਉਹਨਾਂ ਨੂੰ ਘਰ ਨਾਲੋਂ ਉਸ ਜ਼ਿੰਮੀਦਾਰ ਦੇ ਕਰਨੇ ਆਖਣ ਦੀ ਰੋਟੀ ਇੱਥੇ ਖਾ ਗਿਆ, ਪਰ ਉਹ ਕਿਵੇਂ ਦੂਰ ਬਿਠਾਏ ਹੁੰਦੇ ਸਨ, ਕਿਵੇਂ ਆਪਣੇ ਕੌਲੇ ਵਿੱਚ ਉਹਨੂੰ ਰੋਟੀ ਪਾ, ਯਾਨੀ ਕਿ ਉਹ ਸਾਬਤ ਕੀਤਾ ਜਾਂਦਾ ਸੀ ਜਿਵੇਂ ਸਾਡੇ ਵਰਗਾ ਮਨੁੱਖ ਨਹੀਂ, ਅਤੇ ਅਸੀਂ ਅੱਖੀ ਦੇਖਦੇ ਹਾਂ। ਪਰ ਆਖਰ ਇਹ ਹਾਲਾਤ ਮਨੁੱਖਤਾ ਵਿੱਚ ਪੈਦਾ ਕਿਹਨੇ ਕੀਤੇ? ਬ੍ਰਹਮਣ ਬਾਬਾ ਕਬੀਰ ਜੀ ਨੇ ਵੀ ਇਸ ਗੱਲ ਦੇ ਸਾਹਮਣੇ ਚੈਲੰਜ ਕੀਤਾ, ਇਸ ਗੱਲ ਤੋਂ ਆਪਣੇ ਆਪ ਤੋਂ ਆਪਣੇ ਆਪ ਨੂੰ ਬਾਹਰ ਰੱਖਿਆ। ਹੁਣ ਜਿਹੜੀ ਚੀਜ਼ ਦਾ ਟਕਰਾਓ ਸੀ ਉਹ ਗਿਆ ਸੀ। ਜੇ ਬਾਬਾ ਕਬੀਰ ਨੇ, ਜੇ ਗੁਰੂ ਨਾਨਕ ਨੇ, ਖਿਆਲ ਕਰਿਓ ਆ ਕੇ ਉਹਨਾਂ ਲੋਕਾਂ ਨੂੰ ਇਕੱਤਰ ਕੀਤਾ। ਮੈਂ ਇੱਕ ਵਾਰ ਕਿਹਾ ਸੀ ਇੱਕ ਫਰਕ ਹੈ, ਕੋਈ ਆਦਮੀ ਨੀਵਾਂ ਬੈਠਾ, ਉਹਨੂੰ ਉੱਤੇ ਬੈਠਣ ਦੀ ਸ਼ਕਤੀ ਜਾਂ ਹੱਕ ਤਾਂ ਉੱਤੇ ਬੈਠਣ ਵਾਲੇ ਨੇ ਦੇਣਾ। ਜੇ ਸਾਡੇ ਵਸਨੀਕ 'ਤੇ ਬੈਠਾ ਹੈ, ਸਾਹਮਣੇ ਬੈਠੇ ਕਿਸੇ ਨੀਵੇਂ ਆਦਮੀ ਨੂੰ ਹੱਕ ਦੇਣਾ ਹੋਵੇ ਉੱਥੇ ਬੈਠਣ ਦਾ, ਤਾਂ ਉਹਦੀ ਮਰਜ਼ੀ ਦੇ ਨਿਰਭਰ ਹੈ, ਉਹਨੇ ਦੇਣਾ। ਪਰ ਜਿਹੜਾ ਉੱਤੇ ਬੈਠਾ ਹੈ, ਉੱਚਾ ਬੈਠਾ ਹੈ, ਉਹਨੂੰ ਤਾਂ ਨੀਵੇਂ ਬੈਠਣ ਲਈ ਕਿਸੇ ਕੋਲੋਂ ਹੱਕ ਮੰਗਣ ਦੀ ਲੋੜ ਨਹੀਂ। ਆ ਫਰਕ ਹੈ ਭਾਈ ਸਾਹਿਬ। ਗੁਰਦਾਸ ਜੀ ਨੇ ਤਾਂ ਇੱਕ ਲਫ਼ਜ਼ ਵਰਤਿਆ, ਉਹ ਬਹੁਤ ਉਹ ਲਫ਼ਜ਼ ਤੁਹਾਡਾ ਸਾਂਝਾ ਕਰਨਾ ਚਾਹੁੰਦਾ, ਉਹ ਇਹ ਕਿ ਜਿਹੜਾ ਉੱਚਾ ਬੈਠਾ ਹੈ, ਬ੍ਰਾਹਮਣ ਬੈਠਾ ਹੈ ਉੱਚਾ,
ਨੀਚ ਜਾਤੀ ਨੂੰ ਹੱਕ ਨਹੀਂ, ਉਹ ਜਿੰਨੀ ਦੇਰ ਹੱਕ ਨਾ ਦੇਵੇ ਉਹਨੂੰ ਉਚਾਈ ਨਹੀਂ ਮਿਲ ਸਕਦੀ। ਪਰ ਨੀਵਾਂ ਬੈਠਾ ਜਿਹਨੂੰ ਅਸੀਂ ਸ਼ੂਦਰ ਆਖਦੇ ਹਾਂ। ਜੇ ਕਿਸੇ ਬ੍ਰਾਹਮਣ ਨੇ ਜੇ ਕਿਸੇ ਉੱਚੀ ਕੋਲ ਵਾਲੇ ਨੇ ਨੀਵਾਂ ਬਹਿਣਾ ਹੋਵੇ, ਉਸ ਨੀਵੇਂ ਕੋਲ ਸ਼ੂਦਰ ਕੋਲ ਉਹਨੂੰ ਵੀ ਕਿਤੋਂ ਹੱਕ ਮੰਗਣ ਦੀ ਲੋੜ ਹੈ। ਭਾਈ ਸਾਹਿਬ ਨੇ ਇੱਕ ਗੱਲ ਆਪਣੀ ਰਚਨਾ ਵੱਡੀ ਆਖਰੀ ਲਾਈਨ ਵਿੱਚ ਕਹਿ ਦਿੱਤੀ, ਕਿਉਂਕਿ ਨੀਚ ਕਹਾਏ ਊਚ ਘਰ ਆਈ। ਗੁਰੂ ਨਾਨਕ ਕੌਣ ਹੈ ਜਿਹੜਾ ਉੱਚੇ ਘਰ ਵਿੱਚ ਬੇਦੀ ਬੰਸ ਵਿੱਚ ਆਇਆ ਪਰ ਕਹਿੰਦਾ ਕੀ ਹੈ? ਗੁਰੂ ਨਾਨਕ ਨੇ ਉਹਨਾਂ ਦਾ ਕਾਫਲਾ ਇਕੱਠਾ ਕੀਤਾ ਜਿਹੜੇ ਵਿਚਾਰੇ ਆਪਣੀ ਜ਼ਾਤ ਦੇ ਜਾਲ ਵਿੱਚ ਫਸੇ ਹੋਏ ਨੀਵੀਂ ਥਾਂ ਦੇ ਰਸਾਤਲ ਵਿੱਚ ਫੁਰਲਾ ਰਹੇ ਸਨ, ਉਹਨਾਂ ਦਾ ਬਾਂਹ ਫੜ ਕੇ ਸਾਥ ਦੇਣ ਵਾਲਾ ਕੋਈ ਨਹੀਂ ਸੀ। ਉਹਨਾਂ ਨੂੰ ਤਾਂ ਖੁਸ਼ੀ ਹੋਣੀ ਸੀ, ਬਲਕਿ ਉਹਨਾਂ ਨੂੰ ਬਲ ਮਿਲਿਆ, ਉਹਨਾਂ ਦੀ ਆਤਮਾ ਬਲਵਾਨ ਹੋਈ। ਜੋ ਕੁਝ ਬਾਬਾ ਕਹਿੰਦਾ ਸੀ ਉਹ ਗੱਲ ਬਾਬਾ ਕਬੀਰ ਵੀ ਕਹਿਣ ਲੱਗ ਪਿਆ, ਜੋ ਗੱਲ ਬਾਬਾ ਕਹਿੰਦਾ ਸੀ ਉਹ ਬਾਬਾ ਰਵਿਦਾਸ ਵੀ ਕਹਿਣ ਲੱਗ ਪਿਆ। ਰਵਿਦਾਸ ਕਿ ਦਾਰਿਦ ਦੇਖ ਸਭ ਕੋ ਹੱਸੇ, ਕਹਿੰਦਾ ਮਾਲਿਕ ਮੇਰੀ ਗਰੀਬੀ ਨੂੰ ਵੇਖ ਕੇ ਤਾਂ ਲੋਕ ਹੱਸਦੇ ਸਨ, ਠੱਠੇ ਕਰਦੇ ਸਨ, ਦਰਦ ਕਹਿੰਦੇ ਗਰੀਬੀ ਦਰਿੰਦਰ, ਮੇਰੀ ਗਰੀਬੀ ਵੇਖ ਕੇ ਲੋਕ ਹੱਸਦੇ ਸਨ, ਮੈਨੂੰ ਮਜ਼ਾਕ ਕਰਕੇ ਲੰਘ ਜਾਂਦੇ ਸਨ। ਐਸੀ ਦਸ਼ਾ ਹਮਾਰੀ ਮੇਰੀ ਹਾਲਤ ਇਹ ਸੀ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਏ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਤੇਰਾ, ਜਿਤ ਮਿਲੇ ਚੂਕੇ ਸਭ ਸੋਗ ਸੰਤਾਪੇ, ਦਰਦ ਦੇਖ ਸਭ ਕੋ ਹੱਸੇ, ਐਸੀ ਦਸ਼ਾ ਹਮਾਰੀ ਕਿ ਜੇ ਹੁਣ ਮੇਰੀ ਪੂਜਾ ਹੁੰਦੀ ਹੈ, ਜੇ ਹੁਣ ਮੇਰੇ ਘਰ ਸਾਰੇ ਸੁੱਖ ਨੇ ਤਾਂ ਉਹ ਮੇਰੇ ਕਰਕੇ ਨਹੀਂ। ਅਸ਼ ਦਸ਼ਾ ਸਿੱਧ ਕਰਤਲ ਹੈ ਸਭ ਕਿਰਪਾ ਤੁਮਾਰੀ। ਗੁਰੂ ਨਾਨਕ ਨੇ ਆਪਣੇ ਢੰਗ ਆਪਣਾ ਜ਼ਰੀਆ ਵਰਤਿਆ, ਕਹਿਣ ਲੱਗੇ ਮੈਂ ਕਬੀਰ ਨੂੰ ਇੱਥੇ ਬਿਠਾਵਾਂ ਮੁਸ਼ਕਿਲ ਹੋ ਜਾਏਗਾ, ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ, ਮੈਂ ਰਵਿਦਾਸ ਨੂੰ ਇੱਥੇ ਬਿਠਾਵਾਂ
ਮੁਸ਼ਕਿਲ ਬਣ ਜਾਏਗੀ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ। ਮੈਂ ਇੱਕ ਨੂੰ ਇੱਥੇ ਬਿਠਾਉਂਦਾ ਜਾਪਦਾ ਇਹਦੇ ਨਾਲੋਂ ਚੰਗੀ ਗੱਲ ਹੀ ਨਹੀਂ, ਮੈਂ ਉੱਥੇ ਜਾ ਕੇ ਬਹਿ ਜਾਵਾਂ। ਚੰਗੀ ਗੱਲ ਨਹੀਂ, ਆਸਾਨ ਤਰੀਕਾ ਹੈ ਕਿ ਮੈਂ ਉੱਥੇ ਜਾ ਕੇ ਬਹਿ ਜਾਵਾਂ। ਗੁਰੂ ਨਾਨਕ ਉੱਥੇ ਆ ਕੇ ਬਹਿ ਗਏ। ਸਾਡੀ ਇਤਿਹਾਸ ਦੇ ਪੰਨੇ ਵੀ ਕੁੜ ਕੇ ਨਹੀਂ, ਭਾਈ ਲਾਲੋ ਦੀ ਸਾਖੀ ਇਸੇ ਗੱਲ ਦੇ ਨਾਲ ਸੰਬੰਧ ਹੈ। ਭਾਈ ਲਾਲੋ ਵੀ ਬ੍ਰਾਹਮਣ ਦੀ ਨਿਗਾਹ ਵਿੱਚ ਸ਼ੂਦਰ ਹੈ, ਕੰਮ ਹੈ ਕਿਲੇ ਕੱਢਦਾ ਪਾਸੇ ਮਲਕ ਭਾਗੋ ਹੈ, ਉਹਦੇ ਨਾਲ ਬ੍ਰਾਹਮਣ ਜੁੜਿਆ ਹੋਇਆ, ਕਿਉਂਕਿ ਬ੍ਰਾਹਮਣ ਆਪਣੇ ਆਪ ਨੂੰ ਪੂਜ ਨਹੀਂ ਕਿ ਦੱਸਦਾ ਹੋਇਆ ਵੀ ਅਗਾਂ ਫਿਰ ਮੁਹਤਾਜ ਹੈ। ਇਹੋ ਗੱਲ ਬਾਬਾ ਕਬੀਰ ਨੇ ਕਹਿਣ ਦੀ ਜ਼ਰੂਰਤ ਕੀਤੀ, ਲੇਕਿਨ ਗੁਰੂ ਨਾਨਕ ਦੇ ਨਾਲ ਜੁੜ ਕੇ ਕਹਿਣ ਦੀ ਜ਼ਰੂਰਤ ਕੀਤੀ। ਜਦੋਂ ਗੁਰੂ ਨਾਨਕ ਵਿੱਚ ਆ ਬੈਠਾ, ਬਾਬਾ ਕਬੀਰ ਨੇ ਬ੍ਰਾਹਮਣ ਨੂੰ ਖਤਮ ਕਰਕੇ ਇਹ ਗੱਲ ਰੱਖੀ, ਤੂੰ ਬ੍ਰਾਹਮਣ ਮੈਂ ਕਾਸ਼ੀ ਕਾ ਜੁਲਹਾ, ਮੈਂ ਕਾਸ਼ੀ ਦਾ ਬਨਾਰਸ ਦਾ ਰਹਿਣ ਵਾਲਾ, ਤੂੰ ਹੈ ਬਨਾਰਸ ਦਾ ਰਹਿਣ ਵਾਲਾ, ਮੈਂ ਇੱਥੇ ਤੂੰ ਰਹਿਣਾ, ਇੱਥੇ ਹੀ ਮੈਂ ਰਹਿਣਾ, ਪਰ ਤੂੰ ਮੇਰੇ ਨੇੜੇ ਨਹੀਂ ਪੈਂਦਾ, ਤੂੰ ਮੇਰਾ ਪਰਛਾਵਾਂ ਵੀ ਨਹੀਂ ਲਿਆਉਂਦਾ, ਪਰ ਜੋ ਕੁਝ ਮੈਨੂੰ ਗਿਆਨ ਪ੍ਰਾਪਤ ਹੋਇਆ ਮੈਂ ਉਹ ਗਿਆਨ ਤੈਨੂੰ ਸਮਝਾਉਣਾ ਚਾਹੁੰਦਾ, ਜ਼ਰਾ ਸਮਝ ਲੈ। ਤੂੰ ਬ੍ਰਾਹਮਣ ਮੈਂ ਕਾਸ਼ੀ ਕਾ ਜੁਲਹਾ, ਬੁਝੋ ਮੋਰ ਗਿਆਨਾ, ਫਰਕ ਹੈ ਹੈ ਤੁਮ ਤੋਂ ਜਾਚੇ ਭੂਪਤ ਰਾਜੇ। ਤੈਨੂੰ ਕੌਣ ਕਹਿੰਦਾ ਕਿ ਤੂੰ ਗੁਰੂ ਹੈ? ਤੂੰ ਤੇ ਮੰਗਤਾ ਹੈ, ਤੂੰ ਤੇ ਮੰਗਤਾ ਹੈ, ਸਿਰਫ ਫਰਕ ਇੰਨਾ ਹੀ ਹੈ ਨਾ। ਮੰਗਤਾ ਸੜਕਾਂ ਤੇ ਕਿਸੇ ਦਰਵਾਜ਼ੇ ਦਰਵਾਜ਼ੇ ਅੱਗੇ ਮੰਗਦਾ ਹੈ, ਤੇ ਤੂੰ ਰਾਜੇ ਮਹਾਰਾਜਿਆਂ ਦਾ ਮੰਗਤਾ ਬਣਿਆ ਹੋਇਆ। ਤੁਮ ਤੋਂ ਜਾਚੇ ਭੂਪਤ ਰਾਜੇ, ਹਰ ਸਿਉ ਮੋਰ ਧਿਆਨਾ, ਤੇਰਾ ਮੇਰਾ ਫਰਕ ਇੰਨਾ ਹੀ। ਇਸ ਜੁਰਤ ਜਿਹੜੀ ਪਿਛਲੇ ਸ਼ਬਦ ਵਿੱਚ ਬਾਬਾ ਕਬੀਰ ਜੀ ਨੇ ਬੜੀ ਖੁੱਲ੍ਹ ਕੇ ਆਪਣੇ ਲਫ਼ਜ਼ ਆਖੇ ਤੇ ਕਹਿਣ ਲੱਗਾ, ਸਿਮਰਤੀਆਂ ਦਾ ਅਡੰਬਰ ਰਚ ਕੇ ਗੁਲਾਮ ਬਣਾ ਲਿਆ, ਇਹਨੇ ਨਿਰਾ ਗੁਲਾਮ ਨਹੀਂ ਬਣਾਇਆ, ਮੈਨੂੰ ਕਮਜ਼ੋਰ ਵੀ ਕੀਤਾ। ਕਿਸੇ ਨੂੰ ਗੁਲਾਮ ਬਣਾਉਣ ਲਈ ਉਹਨੂੰ ਕਮਜ਼ੋਰ ਪਹਿਲਾਂ ਕਰਨਾ, ਗਰੀਬ ਪਹਿਲਾਂ ਕਰਨਾ, ਨਾਚੀਬ ਪਹਿਲਾਂ ਕਰਨਾ, ਇਹ ਰਾਜਨੀਤੀ ਕਹਿੰਦੀ ਹੈ, ਅੱਜ ਵੀ ਕਹਿੰਦੀ। ਜਿਸ ਨੂੰ ਗੁਲਾਮ ਬਣਾਉਣਾ ਉਹਨੂੰ ਪਹਿਲਾਂ ਕਮਜ਼ੋਰ ਕਰੋ, ਬਲਹੀਨ ਕਰੋ। ਅਤੇ ਬਲ ਜਿਹੜੇ ਨੇ ਦੋ ਤਿੰਨ ਚੀਜ਼ਾਂ ਦੇ ਹੁੰਦੇ ਨੇ, ਸ਼ਸਤਰ ਵੀ ਇੱਕ ਬਲ ਹੈ, ਸ਼ਸਤਰਧਾਰੀ ਹੋਣਾ ਇੱਕ ਬਲ ਹੈ,
ਕਿਰਤ ਕਰਨਾ ਧਨ ਦੌਲਤ ਵਾਲਾ ਹੋਣਾ ਇਹ ਦੂਜਾ ਬਲ ਹੈ, ਕਿਉਂਕਿ ਦੌਲਤ ਵੀ ਇੱਕ ਬਲ ਹੈ, ਸ਼ਕਤੀ ਹੈ। ਅਤੇ ਜੇ ਦੋਨੋਂ ਚੀਜ਼ਾਂ ਨਾ ਹੋਣ, ਵਿੱਦਿਆ ਵੀ ਇੱਕ ਬਲ ਹੈ, ਸ਼ਕਤੀ ਹੈ, ਸਾਰੇ ਸਮਝਦੇ ਵਿੱਦਿਆ ਇੱਕ ਸ਼ਕਤੀ ਹੈ ਜਿਹਦੇ ਸਾਹਮਣੇ ਦੁਨੀਆ ਝੁਕਦੀ ਹੈ। ਜਿੰਨੀ ਸਾਇੰਸ ਦੀ ਕਾਢ ਹੈ ਇਹ ਕਿਸੇ ਵਿਦਵਾਨ ਨੇ ਪੈਦਾ ਕੀਤੀ, ਕਿਸੇ ਵਿੱਦਿਆ ਪੜ੍ਹਨ ਵਾਲੇ ਨੇ ਪੈਦਾ ਕੀਤੀ। ਅਤੇ ਇਹਨਾਂ ਦੇ ਅੱਗੇ ਫਿਰ ਸ਼ਸਤਰਧਾਰੀ ਜਿਹੜੇ ਖੜੇ ਨੇ ਉਹ ਵੀ ਇੱਕ ਸ਼ਕਤੀ ਨੇ, ਉਹਨਾਂ ਦੇ ਸਾਹਮਣੇ ਸਿਰ ਝੁਕਾਉਂਦੇ ਨੇ। ਅਤੇ ਧਨ ਦੌਲਤ ਵੀ ਇੱਕ ਸ਼ਕਤੀ ਜਿਹੜੀ ਕਿਸੇ ਵੇਲੇ ਕਿਸੇ ਵਿਦਵਾਨ ਨੂੰ ਵੀ ਖਰੀਦ ਲੈਂਦੀ ਹੈ, ਕਿਸੇ ਸ਼ਸਤਰਧਾਰੀ ਨੂੰ ਵੀ ਖਰੀਦ ਲੈਂਦੀ। ਦੌਲਤ ਅਤੇ ਸ਼ਸਤਰ ਦੋਨੋਂ ਚੀਜ਼ਾਂ ਆਪਸ ਵਿੱਚ ਕਿਵੇਂ, ਜੋ ਤੁਸੀਂ ਦੇਖਦੇ ਹੋ ਅੱਜ ਵੀ ਇੱਕ ਆਪਣੀ ਰੋਜ਼ੀ ਲਈ ਦੌਲਤ ਲਈ ਹੀ ਇੱਕ ਸ਼ਸਤਰਧਾਰੀ ਚੰਗਾ ਸੂਰਮਾ ਉਹ ਕਿਸੇ ਫੌਜ ਵਿੱਚ ਭਰਤੀ ਹੁੰਦਾ। ਆਪਸ ਵਿੱਚ ਸੰਬੰਧ ਰਹੇ ਨੇ ਚੀਜ਼ਾਂ, ਇਹ ਤਿੰਨ ਸ਼ਕਤੀਆਂ, ਦੌਲਤ, ਸ਼ਸਤਰਧਾਰੀ ਹੋਣਾ ਅਤੇ ਧਨ ਧਨਵਾਨ ਹੋਣਾ, ਤਿੰਨੋਂ ਚੀਜ਼ਾਂ ਸ਼ਕਤੀਆਂ। ਕਿਹੜੀ ਅਜੀਬ ਗੱਲ ਹੈ, ਸ਼ੂਦਰ ਕੋਲੋਂ ਬ੍ਰਾਹਮਣ ਨੇ ਤਿੰਨੋਂ ਹੀ ਸ਼ਕਤੀਆਂ ਖੋ ਲਈਆਂ। ਨਾ ਤੂੰ ਵਿਦਿਆ ਪੜ੍ਹ ਸਕਣਾ, ਨਾ ਤੂੰ ਸ਼ਸਤਰਧਾਰੀ ਹੋ ਸਕਣਾ। ਉਹੀ ਮੈਂ ਦੇਖ ਰਿਹਾ ਸੀ ਕਰਨ ਦਾਸ ਜੀ, ਉਹ ਚੱਲ ਰਿਹਾ ਉਹਨੂੰ ਇਸ ਲਈ ਆਪਣੇ ਆਸ਼ਰਮ ਵਿੱਚੋਂ ਕੱਢ ਦਿੱਤਾ ਜਾਂਦਾ, ਕਿਉਂਕਿ ਤੂੰ ਸ਼ੂਦਰ ਹੈ, ਤੈਨੂੰ ਮੈਂ ਤੀਰਅੰਦਾਜ਼ੀ ਨਹੀਂ ਸਿਖਾ ਸਕਦਾ। ਸ਼ੂਦਰ ਸ਼ਸਤਰਧਾਰੀ ਵੀ ਨਹੀਂ ਹੋ ਸਕਦਾ। ਹੁਣ ਅਜੀਬ ਗੱਲ ਹੈ, ਜਦੋਂ ਤਿੰਨੋਂ ਸ਼ਕਤੀਆਂ ਚੰਗੀਆਂ ਗਈਆਂ ਤਾਂ ਉਹਨੇ ਗਰੀਬ ਹੀ ਹੋਣਾ ਸੀ, ਨਤੀਜਾ ਹੀ ਨਿਕਲਿਆ। ਜਿਹੜੇ ਦੁਨੀਆਂ ਅੰਦਰ ਕੰਮ ਕਰਕੇ ਖਾਣ ਵਾਲੇ ਸਨ, ਜਿਹਨਾਂ ਨੂੰ ਕਿਰਤ ਕਰਨਾ ਕਹਿੰਦੇ ਨੇ, ਉਹ ਤਾਂ ਸ਼ੂਦਰ ਕੋਲ ਹੈ। ਹੁਣ ਗੁਰੂ ਨੇ ਉਸਦੇ ਉਲਟ ਆ ਕੇ ਨਾਰੇ ਲਾਏ, ਕਿਰਤ ਕਰਨਾ ਵਿੱਚ ਸਭ ਤੋਂ ਪਹਿਲਾਂ ਆਖਿਆ ਵੀ ਜਿਹੜਾ ਕਿਰਤ ਨਹੀਂ ਕਰਦਾ ਉਹ ਨਾ ਉਹ ਵੰਡ ਨਹੀਂ ਛੱਕ ਸਕਦਾ, ਜਿਹੜਾ ਵੰਡ ਨਹੀਂ ਛੱਕਦਾ ਉਹ ਨਾਮ ਨਹੀਂ ਜਪ ਸਕਦਾ, ਉਹਦੇ ਅੰਦਰ ਦਇਆ ਨਹੀਂ ਹੋ ਸਕਦੀ। ਤੈਨੂੰ ਦਇਆ ਧਰਮ ਕਾਬੂ ਹੈ, ਤਾਂ ਧਰਮ ਦਇਆ ਕਾਬੂ। ਧਰਮ ਕਰਨ ਵਾਲਾ, ਨਾਮ ਜਪਣ ਵਾਲਾ ਜੇ ਕਿਰਤ ਕਰਕੇ ਵੰਡ ਨਹੀਂ ਛੱਕਦਾ, ਉਹਦੇ ਤਿੰਨੋਂ ਚੀਜ਼ਾਂ ਦਾ ਆਪਸੀ ਸੰਬੰਧ ਜੁੜ ਗਿਆ। ਇਸ ਲਈ ਸਾਡੇ ਵਿੱਚ ਇੱਕ ਬੋਲ ਪ੍ਰਚਲਿਤ ਹੋ ਗਿਆ ਕਿ ਗੁਰੂ ਕਾ ਹੁਕਮ ਹੈ ਜੀ, ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ। ਪਰ ਇਹ ਤਿੰਨੋਂ ਚੀਜ਼ਾਂ ਸ਼ੂਦਰ ਕੋਲੋਂ ਚੰਗੀਆਂ ਗਈਆਂ, ਹਾਲਾਂਕਿ ਕਿਰਤ ਦੀ ਸਭ ਤੋਂ ਵੱਡੀ ਸ਼ਕਤੀ ਉਹਦੇ ਕੋਲ ਸੀ। ਨਤੀਜਾ ਇਹ ਹੋਇਆ ਕਿ ਸ਼ੂਦਰ ਗਰੀਬ ਹੋ ਗਿਆ, ਸਿਰਫ ਗੁਲਾਮੀ ਦਾ ਜੀਵਨ, ਕਿਰਤ ਵੀ ਕਰੇ ਪਰ ਜੋ ਉਹ ਦੇਵੇ ਉਹ ਖਾ ਲਵੇ, ਜੋ ਦੇਵੇ ਉਹ ਖਾ ਲਵੇ। ਅਤੇ ਤੁਸੀਂ ਅਸੀਂ ਅੱਖੀਂ ਦੇਖਦੇ ਆਏ ਹਾਂ ਕਿ ਉਹਨਾਂ ਨੂੰ ਖਾਣ ਲਈ ਵੀ ਕੀ ਦਿੱਤਾ ਜਾਂਦਾ ਸੀ, ਪਹਿਨਣ ਲਈ ਵੀ ਕੀ ਦਿੱਤਾ ਜਾਂਦਾ ਸੀ, ਅਸੀਂ ਆਪ ਵੰਡਾਇਆ। ਪਰ ਹੁਣ ਸੋਚਣਾ, ਬਾਬਾ ਕਬੀਰ ਨੇ ਕਿਹੜੇ ਸਪਸ਼ਟ ਲਫ਼ਜ਼ ਸੰਸਾਰ ਦੇ ਹਾਲਾਤ ਨੂੰ ਅੱਖੀਂ ਦੇਖਦਿਆਂ ਉਸ ਸੱਚਾਈ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ। ਕਹਿਣ ਲੱਗੇ, ਰੱਬ ਕਰੇ ਕੋਈ ਨਿਰਧਨ ਨਾ ਹੋਵੇ। ਕੌਣ ਬਣਦਾ ਹੈ
ਮੇਰੇ ਦਿਲ ਦਾ ਸਾਥੀ ਗੁਰੂ ਨਾਨਕ ਤੋਂ ਬਿਨਾਂ ਇਹੋ ਕਾਰਨ ਹੈ। ਗੁਰੂ ਨਾਨਕ ਨੇ ਵੀ ਬ੍ਰਹਮਣਿਜ਼ਮ ਨੂੰ ਚੈਲੰਜ ਕੀਤਾ ਹੈ ਤੇ ਕਬੀਰ ਨੇ ਵੀ ਬ੍ਰਹਮਣਿਜ਼ਮ ਨੂੰ ਚੈਲੰਜ ਕੀਤਾ। ਬਾਬਾ ਕਬੀਰ ਜੀ ਦੀ ਬਾਣੀ ਆਪਾਂ ਲੜੀਵਾਰ ਕਾਫੀ ਦੇਰ ਤੋਂ ਲਗਾਤਾਰ ਚੱਲ ਰਿਹਾ, ਐਸੇ ਐਸੇ ਸ਼ਬਦ ਆਏ ਨੇ ਜਿਹੜੇ ਸਿੱਧੇ ਬ੍ਰਾਹਮਣ ਨੂੰ ਚੈਲੰਜ ਕਰਦੇ ਨੇ, ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਤੋਂ ਵਾਟ ਕਾਹੇ ਨਹੀਂ ਆਇਆ, ਤੂੰ ਕਦ ਬ੍ਰਾਹਮਣ ਹਮ ਕਦ ਸੂਦ ਹਮ ਕਦ ਲੋਹੂ ਤੂੰ ਕਦ ਦੂਤ ਕੌਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ। ਬਾਬਾ ਕਬੀਰ ਜੀ ਦੇ ਸ਼ਬਦਾਵਲੀ ਕਿੰਨੀ ਚੈਲੰਜ ਵਾਲੀ ਹੈ, ਕੌਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕੇ ਜਨਮ ਮਤ ਖੋਏ, ਐਵੇਂ ਆਪਣੇ ਆਪ ਨੂੰ ਬ੍ਰਾਹਮਣ ਆਖਾ ਕੇ ਜਨਮ ਬਿਰਥਾ ਨਾ ਗੁਆ, ਤੇਰੇ ਮੱਥੇ ਤੇ ਜਨਮ ਮੇਰੇ ਨਹੀਂ ਲਿਖਿਆ ਹੋਇਆ ਸੀ ਕਿ ਇਹ ਬ੍ਰਾਹਮਣ ਹੈ। ਹੁਣ ਇਹ ਜੇ ਚੈਲੰਜ ਬਾਬਾ ਕਬੀਰ ਨੇ ਕੀਤੀ ਤੇ ਉਹਦੇ ਜੀਵਨ ਵਿੱਚ ਜਿਸ ਤਰ੍ਹਾਂ ਦੇ ਦੁਖਾਂਤ ਵਾਪਰੇ ਉਹ ਵੀ ਤੁਸੀਂ ਇਸ ਚੀਜ਼ 'ਚ ਉਹਦੀ ਬਾਣੀ ਵਿੱਚ ਉਹਦੀ ਰਚਨਾਵਾਂ ਵਿੱਚੋਂ ਪੜ੍ਹ ਸਕਦੇ ਹੋ। ਹੁਣ ਦੂਜਾ ਪੱਖ ਵੀ ਸਾਨੂੰ ਨਾਲ ਨਾਲ ਦੇਖਣਾ ਪਏਗਾ ਤੇ ਜੇ ਇਸੇ ਕਿਸਮ ਦੇ ਚੈਲੰਜ ਗੁਰੂ ਨਾਨਕ ਨੇ ਆਰੰਭ ਕੀਤੇ ਜਿੱਥੋਂ ਕਬੀਰ ਨਾਲ ਜੋੜਿਆ ਉਹ ਸਾਡੇ ਸਾਹਮਣੇ ਬ੍ਰਹਮਣਿਜ਼ਮ ਦੀ ਹਰ ਇੱਕ ਉਸ ਜਲਾਦੀ ਕਾਰਵਾਈ ਬ੍ਰਹਮਣਿਜ਼ਮ ਦੇ ਹਰ ਇੱਕ ਉਸ ਸੰਗਲ ਨੂੰ ਤੋੜਨ ਲਈ ਗੁਰੂ ਨਾਨਕ ਨੇ ਪਹਿਲ ਕੀਤੀ ਚੈਲੰਜ ਕੀਤਾ ਤੇ ਗੁਰੂ ਨਾਨਕ ਦਾ ਲਿਹਾਜ਼ ਬ੍ਰਹਮਣਿਜ਼ਮ ਕਿਵੇਂ ਕਰਦਾ ਸੋਚੋ, ਗੁਰੂ ਨਾਨਕ ਦਾ ਲਿਹਾਜ਼ ਕਿ ਉਹ ਬਸ ਉਹਦਾ ਨਤੀਜਾ ਹੈ। ਅੱਜ 550 ਵਰ੍ਹਾ ਬੀਤ ਗਿਆ ਹੈ ਲਗਭਗ, ਬ੍ਰਹਮਣਿਜ਼ਮ ਗੁਰੂ ਨਾਨਕ ਦਾ ਪਿੱਛਾ ਨਹੀਂ ਛੱਡ ਰਿਹਾ। ਗੁਰੂ ਨਾਨਕ ਦਾ ਸਿੱਖੀ ਗੁਰੂ ਨਾਨਕ ਦੀ ਸਿੱਖੀ ਹੈ, ਇਸ ਨੂੰ ਗੁਰੂ ਨਾਨਕ ਨਾਮ ਲੇਵਾ ਆਖਣੇ। ਅੱਜ ਜੇ ਸਿੱਖੀ ਦੇ ਉੱਤੇ ਬ੍ਰਹਮਣਿਜ਼ਮ ਦਾ ਜ਼ਿਆਦਾ ਧਾਵਾ ਬੋਲਿਆ ਹਮਲਾ ਹੋ ਰਿਹਾ ਹੈ, ਅੱਜ ਜਾ ਕੇ ਹਿੰਦੁਸਤਾਨ ਦੀ ਧਰਤੀ 'ਤੇ ਦੇਖ ਲਓ। ਮੈਂ ਪਿਛਲੇ ਦਿਨਾਂ ਵਿੱਚ ਇੱਕ ਗੱਲ ਕਹੀ ਸੀ, ਪੰਜਾਬ ਤਾਂ ਸਿੱਖੀ ਦਾ ਕੇਂਦਰ ਮੰਨਿਆ ਜਾਂਦਾ ਨੇ, ਉੱਥੇ ਆਬਾਦੀ ਦੇ ਲਿਹਾਜ਼ ਨਾਲ ਅਸੀਂ ਆਪ ਸਮਝਦੇ ਹਾਂ ਸਿੱਖ ਸਟੇਟ। ਮੈਂ ਕਿਹਾ ਤੁਸੀਂ ਰੋਜ਼ ਦੇ ਅਖਬਾਰ ਕੱਢ ਕੇ ਦੇਖ ਲਓ, ਕਦੇ ਨਹੀਂ ਦੇਖੋਗੇ ਕਿ ਪੰਜਾਬ ਵਿੱਚ ਗੀਤਾ ਨੂੰ ਕਿਸੇ ਨੇ ਅੱਗ ਲਾਈ ਹੋਵੇ। ਬਿਲਕੁਲ ਨਹੀਂ, ਕਦੇ ਨਹੀਂ ਪੜ੍ਹੋਗੇ ਪੁਰਾਣੀ ਥਾਂ 'ਤੇ ਗੀਤਾ ਸਾੜ ਦਿੱਤੀ। ਬਿਲਕੁਲ ਨਹੀਂ, ਕਦੇ ਨਹੀਂ ਪੜ੍ਹੋਗੇ ਕਿ ਇੱਥੇ ਕੁਰਾਨ ਨੂੰ ਅੱਗ ਲਾ ਦਿੱਤੀ ਗਈ ਹੋਵੇ। ਕਦੀ ਪੰਜਾਬ ਦੀ ਧਰਤੀ ਤੇ ਗੀਤਾ ਨੂੰ ਅੱਗ ਲਾ ਕੇ ਨਹੀਂ ਸਾੜਿਆ ਗਿਆ, ਕਦੀ ਪੰਜਾਬ ਦੀ ਧਰਤੀ ਤੇ ਕੁਰਾਨ ਨੂੰ ਅੱਗ ਲਾ ਕੇ ਨਹੀਂ ਸਾੜਿਆ ਗਿਆ। ਪਰ ਆਏ ਦਿਨ ਕੋਈ ਮਹੀਨਾ ਖਾਲੀ ਜਾਂਦਾ ਹੋਵੇਗਾ ਜਿਸ ਦਿਨ ਤੁਸੀਂ ਨਾ ਪੜ੍ਹੋ ਕਿ ਪੰਜਾਬ ਦੀ ਧਰਤੀ 'ਤੇ ਕਿਸੇ ਨਾ ਕਿਸੇ ਗੁਰਦੁਆਰੇ ਕਿਸੇ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਨਹੀਂ ਕੀਤਾ ਗਿਆ। ਸੋਚੋ ਜਿਹੜੀ ਗੱਲ ਸਾਡੇ ਸਾਹਮਣੇ ਉਹਨੂੰ ਕਿਉਂ ਨਾ ਸੋਚੀਏ, ਜਿਹੜੀ ਚੀਜ਼ ਅਸੀਂ ਅੱਖੀਂ ਦੇਖ ਰਹੇ ਹਾਂ ਉਹਦੇ ਪ੍ਰਤੀ ਵਿਚਾਰਨਾ ਤਾਂ ਬਹੁਤ ਜ਼ਰੂਰੀ ਹੈ। ਗੁਰੂ ਨੇ ਇਸੇ ਲਈ ਤਾਂ ਬਾਣੀ ਵਿੱਚ ਆਖਿਆ ਕਿ ਦੇਖੋ ਪਸਾਰ ਨੈਣ
ਸੁਣੋ ਸਾਧੂ ਕਵੈਣ ਹੇ ਪੜਿਆ ਅੱਖਾਂ ਖੋਲ ਕੇ ਦੇਖ ਜੋ ਚੀਜ਼ ਤੈਨੂੰ ਸਾਹਮਣੇ ਦਿਸਦੀ ਤੂੰ ਉਹਦੇ ਪ੍ਰਤੀ ਵਿਚਾਰ ਨਾ ਕਰੇ ਭਲਾ ਕਿਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀ ਦੁਸ਼ਮਣੀ ਹੈ ਜੇ ਸਿੱਖ ਨੂੰ ਗੀਤਾ ਨਾਲ ਦੁਸ਼ਮਣੀ ਕੋਈ ਨਹੀਂ ਉਹ ਕਹਿੰਦਾ ਠੀਕ ਹੈ ਤੁਹਾਡਾ ਸਤਿਕਾਰਯੋਗ ਗ੍ਰੰਥ ਹੈ ਸਾਨੂੰ ਕੀ ਇਤਰਾਜ਼ ਹੈ ਪੜ੍ਹੋ ਅਜੀਬ ਗੱਲ ਹੈ ਜੇ ਸਿੱਖ ਨੂੰ ਕੁਰਾਨ ਨਾਲ ਕੋਈ ਦੁਸ਼ਮਣੀ ਨਹੀਂ ਉਹ ਕਹਿੰਦਾ ਠੀਕ ਹੈ ਤੁਹਾਡਾ ਧਾਰਮਿਕ ਗ੍ਰੰਥ ਹੈ ਪੜ੍ਹੋ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਸਾਡੇ ਗ੍ਰੰਥ ਜਿਸ ਨੂੰ ਅਸੀਂ ਸਿਰਫ ਜਿਹੜਾ ਸਾਡੇ ਜੀਵਨ ਦਾ ਹਿੱਸਾ ਜਿੰਦਾ ਇੱਕ ਇੱਕ ਸ਼ਬਦ ਜਿਹੜਾ ਸਾਡੇ ਜੀਵਨ ਦੇ ਹਰ ਪਹਿਲੂ ਦੀ ਅਗਵਾਈ ਕਰਦਾ ਹੈ ਉਹਦੇ ਨਾਲ ਤੁਹਾਨੂੰ ਦੁਸ਼ਮਣੀ ਕਿਉਂ ਇਹ ਕੁਛ ਪੰਜਾਬ ਦੀ ਧਰਤੀ 'ਤੇ ਇਹ ਤੁਸੀਂ ਆਖੋ ਵੀ ਸਿੱਖ ਕਰਦੇ ਨੇ ਤਾਂ ਗਲਤ ਹੈ ਕੋਈ ਸਿੱਖ ਦੇ ਭੇਸ ਵਿੱਚ ਤਾਂ ਕਰ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਸਿੱਖ ਅਖਵਾਉਣ ਵਾਲਾ ਅਤੇ ਸਿੱਖ ਵਿਚਾਰਧਾਰਾ ਵਾਲਾ ਕਦੇ ਅਗਰੇਟ ਨਹੀਂ ਕਰੇਗਾ ਹਾਂ ਸਿੱਖ ਭੇਖ ਵਿੱਚ ਕਰ ਸਕਦਾ ਲਿਬਾਸ ਬਣਾ ਕੇ ਕੋਈ ਵੀ ਯਾਦ ਲਿਆ ਸੀ ਲੇਕਿਨ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਇਹਦੇ ਪਿੱਛੇ ਉਹੀ ਬਾਬਾ ਕਬੀਰ ਜੀ ਦੀ ਗੱਲ ਕਿ ਹਮਲਾ ਝਗੜਾ ਨਾ ਨਾ ਕੋਈ ਪੰਡਿਤ ਮੁੱਲਾਂ ਸਾਡੇ ਦੂਰ ਕਹਿੰਦਾ ਪੁੱਤਰ ਝਗੜਾ ਸੀ ਝਗੜਾ ਲਫਜ਼ ਲੱਗਦਾ ਕਹਿੰਦਾ ਪੁੱਤਰ ਝਗੜਾ ਸੀ ਜਿਸ ਝਗੜੇ ਨੂੰ ਖਤਮ ਕਰਨ ਲਈ ਮੈਂ ਉਹ ਘਰ ਛੱਡ ਕੇ ਆਇਆ ਤੇ ਉਹ ਝਗੜਾ ਫਿਰ ਮੇਰੇ ਪਿੱਛੇ ਪਿੱਛੇ ਝਗੜਾ ਖਤਮ ਹੁੰਦਾ ਹੈ ਜੇ ਅਸੀਂ ਇਹ ਆਖ ਦਈਏ ਕਿ ਜੋ ਬ੍ਰਾਹਮਣ ਕਹਿੰਦਾ ਕਿ ਮੈਂ ਉਸੇ ਤਰ੍ਹਾਂ ਹਾਜ਼ਰ ਹਾਂ ਬਸ ਲੋ ਇੰਨੀ ਗੱਲ ਇਸ ਲਈ ਸਾਨੂੰ ਜਾਗਣ ਦੀ ਲੋੜ ਹੈ ਸਾਡੀ ਹਾਲਤ ਵੀ ਉਹ ਕਰ ਦਿੱਤੀ ਜਾਣੀ ਹੈ ਜੋ ਬੜੀ ਤੇਜ਼ੀ ਨਾਲ ਹੋ ਰਹੀ ਹੈ ਤੁਸੀਂ ਆਪ ਰੋਜ਼ ਇੱਕ ਲਫ਼ਜ਼ ਕਹਿੰਦੇ ਹੋ ਕਿ ਪੰਜਾਬ ਦੀ ਧਰਤੀ ਦਾ ਨੌਜਵਾਨ ਨਸ਼ਿਆਂ ਵਿੱਚ ਹਰਕ ਹੋ ਰਿਹਾ ਹੈ ਆਪ ਕਹਿੰਦੇ ਮੈਨੂੰ ਸਵਾਲ ਮੈਂ ਕਹਿੰਦਾ ਗੁਰਬਾਣੀ ਵਿੱਚੋਂ ਸਾਨੂੰ ਅੱਜ ਦੇ ਜੀਵਨ ਦੇ ਨਾਲ ਨਾਲ ਸੁਚੇਤਤਾ ਦੀ ਲੋੜ ਹੈ ਇਹ ਤੁਸੀਂ ਸਾਰੇ ਬੰਦੇ ਆਮ ਕਰਕੇ ਲੱਭਦੇ ਕਿ ਪੰਜਾਬ ਦੀ ਧਰਤੀ 'ਤੇ ਵਸਣ ਵਾਲਾ ਸਿੱਖ ਨੌਜਵਾਨ ਜਿਹੜਾ ਖਾਸ ਕਰਕੇ ਉਹ ਨਸ਼ਿਆਂ ਵਿੱਚ ਗਰਕ ਹੋ ਰਹੀ ਕਿਉਂ ਕਿਉਂਕਿ ਨਸ਼ਾ ਇੱਕ ਉਹ ਚੀਜ਼ ਹੈ ਜਿਹੜਾ ਮਤ ਖਤਮ ਕਰਦਾ ਹੈ ਗੁਰੂ ਬਾਣੀ ਵਿੱਚ ਉਹਨੂੰ ਝੰਜੋੜ ਕੇ ਚੈਲੰਜ ਕਰਕੇ ਝੰਜੋੜ ਕੇ ਆਖਦਾ ਉਹ ਭਲਿਆ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਉਹ ਛੱਡ ਦੇ ਗੁਰਬਾਣੀ ਇਹ ਗੱਲ ਕਹਿ ਰਹੀ ਭਲਾ ਬ੍ਰਾਹਮਣ ਨੂੰ ਕਿਵੇਂ ਚੰਗੀ ਲੱਗੀ ਉਹ ਚਾਹੁੰਦਾ ਹੈ ਇਹ ਹਰਕ ਹੋ ਕੇ ਨਾ ਇਹ ਕੰਮ ਜੋਗਾ ਨਾ ਇਹ ਮੈਦਾਨੀ ਜੰਗ ਵਿੱਚ ਲੜਨ ਜੋਗਾ ਸ਼ਸਤਰਧਾਰੀ ਰਵੇ ਨਾ ਇਹ ਕੰਮ ਜਿਹਦੇ ਕੋਲ ਮਤ ਨਹੀਂ ਉਹ ਕੁਝ ਵੀ ਨਹੀਂ ਕਰ ਸਕਦਾ ਸਾਰੇ ਕੰਮ ਤਾਂ ਮਤ ਦੇ ਨਹੀਂ ਹੋਣੇ ਨੇ ਨਹੀਂ ਮਤ ਹੀ ਮਾਰ ਦਿਓ ਮਤ ਹੀ ਖਤਮ ਹੋ ਜਾਏਗੀ ਨਾ ਸ਼ਸਤਰਧਾਰੀ ਹੋ ਸਕੇਗਾ ਨਾ ਇਹ ਅਮ੍ਰਿਤਧਾਰੀ ਹੋ ਸਕੇਗਾ ਨਾ ਇਹ ਚੰਗਾ ਬਿਜ਼ਨਸਮੈਨ ਹੋ ਸਕੇਗਾ ਜਿਹੜਾ ਸ਼ਰਾਬ ਦੇ ਨਸ਼ੇ ਵਿੱਚ ਬੈਠਾ ਨਾ ਉਹ ਜੋਬ ਕਰ ਸਕਦਾ ਨਾ ਉਹ ਵਿਦਿਆ ਪੜ੍ਹ ਸਕਦਾ ਇਹ ਹਰ ਪੱਖੋਂ ਜਦੋਂ ਦਿਸ਼ਾਹੀਣ ਹੋ ਜਾਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ ਗਰੀਬ ਗਰੀਬੀ ਜਨਮ ਇਸ ਘਰ ਵਿੱਚ ਸਿੱਖੀ ਦੇ ਵਿਹੜੇ ਵਿੱਚ ਗਰੀਬੀ ਇਉਂ ਪ੍ਰਵੇਸ਼ ਕਰੇਗੀ ਜਦੋਂ ਸਾਡੇ ਨੌਜਵਾਨ ਕੁਛ ਵੀ ਕਰਨ ਜੋਗੇ ਨਹੀਂ ਰਹਿਣਗੇ ਇਉਂ ਪ੍ਰਵੇਸ਼ ਕਰੇਗੀ ਹੁਣ ਬਾਬਾ ਕਬੀਰ ਜੀ ਨੇ ਉਸ ਲਫ਼ਜ਼ ਨੂੰ ਦੁਬਾਰਾ
ਰਹੋ। ਅਤੇ ਜਦੋਂ ਸਿੱਖ ਗਰੀਬ ਹੋ ਜਾਏਗਾ, ਜਦੋਂ ਦੁਨੀਆਂ ਦਾ ਕੋਈ ਮਨੁੱਖ ਗਰੀਬ ਹੋ ਜਾਂਦਾ, ਉਹ ਕੁਛ ਵੀ ਕਰਨ ਯੋਗਾ ਨਹੀਂ ਰਹਿੰਦਾ, ਉਦੋਂ ਉਹਦੀ ਹਾਲਤ ਕੀ ਹੁੰਦੀ ਹੈ? ਬਾਬਾ ਕਬੀਰ ਨੇ ਅੱਜ ਦੇ ਸ਼ਬਦ ਵਿੱਚ ਉਹਦਾ ਜ਼ਿਕਰ ਕੀਤਾ ਹੈ ਅਤੇ ਆਖਿਆ ਅੱਜ ਅਸੀਂ ਸਿਰ ਉੱਚਾ ਕਰਕੇ ਦਮ ਗਜ਼ੇ ਮਾਰਦੇ ਹੋਏ ਕਹਿੰਦੇ ਹਾਂ ਸਿੱਖੀ ਮਹਾਨ ਹੈ, ਸਿੱਖੀ ਮਹਾਨ ਹੈ। ਜਦੋਂ ਸਾਡੇ ਬੱਚਿਆਂ ਦੀ ਇਹ ਹਾਲਤ ਹੋ ਜਾਏਗੀ, ਉਦੋਂ ਬਾਬਾ ਕਬੀਰ ਜੀ ਦੇ ਇਹ ਸ਼ਬਦ ਸਾਡੇ 'ਤੇ ਲਾਗੂ ਹੋਣਗੇ। ਕਦੇ ਵੀ ਕਿਸੇ ਗਰੀਬ ਨੂੰ, ਨਿਰਧਨ ਨੂੰ ਕਿਤੋਂ ਵੀ ਮਾਣ ਨਹੀਂ ਮਿਲਦਾ, ਕਿਤੋਂ ਵੀ ਆਦਰ ਨਹੀਂ ਮਿਲਦਾ। ਬਲਕਿ ਬਾਬਾ ਕਬੀਰ ਜੀ ਨੇ ਆਖਿਆ, ਮੈਂ ਤਾਂ ਅੱਖੀਂ ਦੇਖਿਆ, ਜੇ ਕੋਈ ਨਿਰਧਨ ਗਰੀਬ ਆਦਮੀ ਕਿਸੇ ਸਰਦਰ ਦੌਲਤਵੰਦ ਦੇ ਘਰ ਚਲਾ ਜਾਏ ਨਾ, ਭਾਵੇਂ ਉਹਦਾ ਕੰਮ ਕਰਨੀ ਜਾਏ, ਉਹ ਪਿੱਠ ਫੇਰ ਲੈਂਦਾ, ਕਹਿੰਦਾ ਕਿਤੇ ਕੁਛ ਮੰਗਣ ਲਏ ਗਰੀਬ ਹੈ, ਇਹ ਗਰੀਬ ਹੈ, ਕੁਛ ਮੰਗਣ ਆਇਆ ਹੋਵੇਗਾ। ਅੱਗੇ ਬੈਠਾ ਪਿੱਠ ਫਿਰ ਆਏ। ਤੇ ਜਦੋਂ ਕੋਈ ਧਨਵਾਨ ਦੌਲਤਵੰਦ ਆਦਮੀ ਕਿਸੇ ਗਰੀਬ ਦੇ ਘਰ ਆਵੇ ਤੇ ਉਹ ਆਪਣੀ ਸ਼ਬਦਾਵਲੀ ਨਾਲ ਵੀ ਉਹਦਾ ਮਾਣ ਸਨਮਾਨ ਦੂਣਾ ਕਰ ਦਿੰਦਾ, ਕਹਿੰਦਾ ਕਿਹੜੀ ਦੇ ਘਰ ਨਾ ਰਹਿਣ ਆ ਗਿਆ, ਹੈਂ, ਇੰਨਾ ਵੱਡਾ ਆਦਮੀ ਮੇਰੇ ਘਰ ਆ ਗਿਆ, ਮੈਂ ਇਹਨੂੰ ਬਿਠਾਵਾਂ ਕਿੱਥੇ? ਬਾਬਾ ਕਬੀਰ ਕਹਿੰਦੇ ਇਹ ਹਾਲਤ ਗਰੀਬ ਦੀ ਤੇ ਅਮੀਰ ਦੇ ਰਿਸ਼ਤੇ ਵਿੱਚ ਬਣ ਜਾਂਦੀ ਹੈ। ਤੇ ਵਿਸ਼ਵਾਸ ਕਰ, ਜਿਸ ਦਿਨ ਤੂੰ ਆਪਣੀ ਜਵਾਨੀ ਵਿੱਚੋਂ ਨਸ਼ੇ ਨਾ ਕੱਢ ਸਕਿਆ ਅਤੇ ਪ੍ਰਵੇਸ਼ ਕਰ ਗਈ ਅਤੇ ਉਹ ਦਿਸ਼ਾਹੀਨ ਮਤਹੀਨ ਹੋ ਗਈ, ਉਸ ਦਿਨ ਆਉਣ ਵਾਲਾ ਭਵਿੱਖ ਸਿੱਖੀ ਦਾ ਇਹ ਹੋਵੇਗਾ। ਬਾਬਾ ਕਬੀਰ ਕਹਿੰਦੇ ਬਣ ਜਾਏ, ਉਹ ਇਤਿਹਾਸ ਦਾ ਪੰਨਾ ਹੀ ਬਣ ਕੇ ਰਹਿ ਜਾਏਗਾ ਕਿ ਕਦੀ ਮਹਾਨ ਹੁੰਦਾ ਸੀ ਸਿੱਖ। ਅੱਜ ਸਾਡਾ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸੜਕ ਤੇ ਡਿੱਗਿਆ ਪਿਆ ਹੋਵੇਗਾ, ਕੋਈ ਆਖੇਗਾ ਇਹ ਮਹਾਨ ਹੁੰਦਾ ਸਿੱਖ? ਗੁਰੂ ਕਹਿੰਦੇ ਨੇ show।
ਸਰਧਨ ਨੂੰ ਆਪ ਹੀ ਪੈਦਾ ਕੀਤਾ ਹੈ, ਭਾਵ ਜੀਵਨ ਦਿੱਤਾ ਹੈ, ਪਰ ਤੂੰ ਉਹਦੇ ਕੋਲੋਂ ਅੱਗੇ ਵਧਣ ਦੀ ਸ਼ਕਤੀ ਖੋ ਦੇ। ਪੈਦਾ ਉਹਦਾ ਕੀਤਾ ਹੋਇਆ ਜਿੰਦਾ ਤੂੰ ਕੀਤਾ ਹੋਇਆ। ਜਦੋਂ ਪੈਦਾਇਸ਼ ਦੇ ਮੈਂ ਹੱਕ ਵੱਲ ਦੇਖਣਾ, ਮੈਂ ਸਮਝਣਾ ਕਿ ਨਿਰਧਨ ਤੇ ਸਰਧਨ ਦੋਨੋਂ ਭਰਾ ਨੇ, ਕਿਉਂਕਿ ਉਹਨੂੰ ਵੀ ਉਹਨੇ ਪੈਦਾ ਕੀਤਾ ਹੈ, ਉਹਨੂੰ ਵੀ ਉਹਨੇ ਪੈਦਾ ਕੀਤਾ ਹੈ, ਲੇਕਿਨ ਨਤੀਜਾ ਨਿਕਲਿਆ। ਤੇਰਾ ਜ਼ੁਲਮ ਕੀ ਹੈ? ਉਹ ਹੈ ਕਿ ਤੂੰ ਉਹਦੇ ਕੋਲੋਂ ਅੱਗੇ ਵਧਣ ਦੇ ਜੀਵਨ ਦੇ ਸਾਰੇ ਪਹਿਲੂਆਂ ਦੇ ਹੱਕ ਖੋ ਲੈਣੇ, ਉਹਨੂੰ ਗਰੀਬ ਕਰਕੇ ਆਪਣਾ ਗੁਲਾਮ ਬਣਾ ਕੇ ਨਿਰਧਨ ਸਾਬਤ ਕਰ ਦਿੱਤਾ। ਪਰ ਬਾਬਾ ਕਬੀਰ ਕਹਿੰਦੇ ਨੇ, ਮੈਨੂੰ ਅੱਜ ਕੋਈ ਪੁੱਛੇ ਕਿ ਮੈਂ ਗਰੀਬ ਹਾਂ, ਕਿੰਨਾ ਵੱਡਾ ਚੈਲੰਜ ਹੈ। ਕਹਿੰਦਾ ਮੈਂ ਨਹੀਂ ਮੰਨਦਾ ਕਿ ਮੈਂ ਗਰੀਬ ਹਾਂ, ਬਲਕਿ ਹੇ ਬ੍ਰਾਹਮਣ ਮੈਂ ਸਮਝਣਾ ਤੂੰ ਗਰੀਬ ਹੈ। ਕਹਿੰਦਾ ਕਿਵੇਂ? ਜਵਾਬ ਹੈ, ਕਹੇ ਕਬੀ ਗਰੀਬ ਤਾਂ ਉਹ ਹੈ ਜਿਹਦੇ ਕੋਲ ਪ੍ਰਭੂ ਨਹੀਂ, ਜਿਹੜਾ ਪ੍ਰਭੂ ਨਾਲ ਨਹੀਂ ਜੁੜਿਆ ਹੋਇਆ ਗਰੀਬ ਹੈ। ਤੂੰ ਉਹ ਗਰੀਬ ਹੈ, ਮੈਂ ਅਮੀਰ ਹਾਂ ਕਿਉਂਕਿ ਮੇਰੇ ਕੋਲ ਰੱਬ ਹੈ।
ਪਤਾ ਲੱਗ ਗਿਆ ਗਰੀਬ ਕੌਣ ਹੁੰਦੇ ਨੇ, ਇਸ ਲਈ ਮੈਂ ਹੁਣ ਗਰੀਬ ਨਹੀਂ ਰਿਹਾ। ਬਲਕਿ ਹੋਰ ਸ਼ਬਦ ਅੰਦਰ ਬੜੀ ਖੂਬਸੂਰਤ ਗੱਲ ਆਖੀ ਉਹਨੇ, ਕਹਿਣ ਲੱਗੇ ਹਮ ਘਰ ਸੂਤ ਤਣੇ, ਤੂੰ ਕਹਿੰਦਾ ਨਾ ਗੱਲ ਵਿੱਚ ਮੈਂ ਜਨੇਊ ਪਾਇਆ ਮੈਂ ਤਾਂ ਰੱਬ ਵਾਲਾ। ਕਹਿਣ ਲੱਗਾ ਤੂੰ ਤੇ ਦੋ ਕੌਡੀਆਂ ਦਾ ਦੋ ਕਤੋਲਿਆਂ ਦਾ ਸੂਤ ਪਾਇਆ ਹੋਇਆ, ਮੇਰੇ ਘਰ ਦਾ ਤਾਣਾ ਭਰਿਆ ਪਿਆ ਸਾਰਾ ਹੀ ਸੂਤ ਦਾ, ਅਤੇ ਜਦੋਂ ਮੈਂ ਤਾਣਾ ਤਣਦਾ ਅਤੇ ਬੁਰਸ਼ ਫਿਰਦਾ ਉਦੋਂ ਵਿੱਚੋਂ ਸੂਤ ਉੱਡਦਾ ਅਤੇ ਮੇਰੇ ਸਾਹ ਨਾਲ ਮੇਰੇ ਅੰਦਰ ਵੀ ਚਲਾ ਜਾਂਦਾ। ਤੂੰ ਤੇ ਬਾਹਰ ਜਨੇਊ ਪਾਇਆ ਮੇਰੇ ਅੰਦਰ ਵੀ ਜਨੇਊ। ਹਮ ਘਰ ਸੂਤ ਤਣੇ ਨਿਤ ਤਾਣਾ, ਕੰਠ ਜਨੇਊ ਤੁਮਾਰੇ, ਤੂੰ ਤੋਂ ਵੇਦ ਪੜ੍ਹੋ ਗਾਇਤਰੀ ਗੋਬਿੰਦ ਹਿਰਦੇ ਹੋਇਆ। ਇਸ ਲਈ ਮੈਨੂੰ ਗਰੀਬ ਨਾ ਆਖ, ਗਰੀਬ ਤੂੰ ਹੈ। ਮੈਨੂੰ ਪਤਾ ਲੱਗ ਗਿਆ ਗਰੀਬ ਨੂੰ ਕਦੀ ਮਾਣ ਸਨਮਾਨ ਨਹੀਂ ਮਿਲਦਾ। ਕਹਿਣ ਲੱਗੇ ਜੇ ਹੁਣ ਪਾਛੇ ਲਾਗੂ ਹਰ ਫਿਰੇ ਕਹਿਤ ਕਬੀਰ ਕਬੀਰ, ਤਾਂ ਉਹ ਉਸਦੇ ਨਾਮ ਦੀ ਬਖਸ਼ਿਸ਼ ਹੈ, ਇੱਕ ਨਾਮ ਦੀ ਅਮੀਰੀ ਹੈ ਜਿਹੜੀ ਮੇਰੇ ਕੋਲ ਹੈ। ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਲੇਕਿਨ ਇਸ ਗੱਲ ਵਿੱਚੋਂ ਇੱਕ ਗੱਲ ਸਮਝਣੀ ਜ਼ਰੂਰੀ ਹੈ, ਉਹ ਇਹ ਕਿ ਸੱਚਮੁੱਚ ਹੀ ਕੋਈ ਗਰੀਬ ਹੋਵੇ ਉਹਨੂੰ ਮਾਣ ਨਹੀਂ ਮਿਲਦਾ। ਸੱਚਮੁੱਚ ਹੀ ਇਹ ਗੱਲ ਸਮਝਣ ਵਾਲੀ ਹੈ ਕਿ ਜਿਸ ਮਨੁੱਖ ਦੀ ਮੱਤ ਖਤਮ ਹੋ ਜਾਏ, ਕੁਰਾਏ ਪੈ ਜਾਏ ਜੀਵਨ, ਉਹ ਕਦੀ ਅਮੀਰ ਨਹੀਂ ਹੁੰਦਾ, ਭਾਵੇਂ ਰੱਬ ਵੱਲੋਂ ਭਾਵੇਂ ਸੰਸਾਰ ਵੱਲੋਂ। ਇਸ ਲਈ ਆਪਣੀ ਮੱਤ ਨੂੰ ਸੁਰੱਖਿਅਤ ਕਰਨ ਲਈ ਗੁਰੂ ਅੱਗੇ ਸਮਰਪਿਤ ਕਰ ਦੇਈਏ, ਤਾਂ ਕਿ ਉਸ ਮੱਤ ਨੂੰ ਗੁਰੂ ਆਪਣੇ ਕੋਲ ਸੁਰੱਖਿਅਤ ਕਰਕੇ ਤੈਨੂੰ ਗੁਰਮਤ ਬਣਾ ਕੇ ਦੇਵੇ। ਇਹਨਾਂ ਸ਼ਬਦਾਂ ਨਾਲ ਕਿ ਮੰਗਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।